ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਗੁੱਜਾ ਪੀਰ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬੇਅੰਤ ਰੂਪ ਭਾਅ ਜੀ ਹੁਣਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਵਾ, ਇੱਕ ਬਿਲਕੁਲ ਤਾਜ਼ੀ ਸੂਈ ਹੈ ਜਿਹਦੇ ਮਗਰ ਵੱਛੀ ਬੜੀ ਪਿਆਰੀ ਆ, ਅਤੇ ਇੱਕ ਗੱਭਣ ਆ ਹਾਲੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਵਧੀਆ ਜੀ, ਵਧੀਆ। ਤੇ ਵਿਕ ਗਿਆ ਉਹਦੇ ਨਾਲ ਮਾਲ ਫਿਰ? ਹਾਂਜੀ, ਉਦੋਂ ਇੱਕ ਘੰਟੇ ਜੀ, ਘੰਟੇ ਡੇਢ ਜੀ ਵਿਕ ਗਿਆ। ਠੀਕ ਆ, ਤੇ ਚਲੋ ਫਿਰ ਨਾਮ ਦੱਸ ਦਿਓ ਇੱਕ ਵਾਰੀ। ਨਾਮ ਬੇਅੰਤ ਰੂਪ ਸਿੰਘ, ਪਿੰਡ ਗੁੱਜਾ ਪੀਰ, ਹਾਂਜੀ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਵੀ ਬੋਲ ਦਿਓ? 98551107 55। ਠੀਕ ਹੈ ਜੀ, ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਤਾਜ਼ੀ ਸੂਈ ਹੈ ਇੱਥੋਂ ਹੀ ਆਪਾਂ ਕਰ ਲਈਏ। ਥਾਣੇ 'ਤੇ ਦੇਖ ਸਕਦੇ ਜੀ ਲਾਗੇ ਤੋਂ, ਖਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ। ਅਤੇ ਆਹ ਜਿਹੜੀ ਵੱਛੀ ਹੈ ਇਹਦੇ ਮਗਰ ਕਿੰਨਾ ਚਿਰ ਹੋਇਆ ਵਿਧੀ ਨਾਲ ਸੂਈ? ਪਰਸੋਂ ਸ਼ਾਮੀ ਸੂਈ ਹੈ। ਅੱਛਾ, ਪਰਸੋਂ ਸ਼ਾਮੀ ਸੂਈ ਹੈ। ਅਤੇ ਕਿੰਨਾ ਕੁ ਬੋਲਾ ਇਹਦੇ ਕੋਲ? ਬੋਲਾ ਮਤਲਬ 14 ਕੁ ਲੀਟਰ ਦੇ ਕਰੀਬ ਬੋਲਾ ਹੈਗਾ ਜੀ। ਅਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ 20 ਲੀਟਰ ਆਰਾਮ ਨਾਲ ਕੱਢੇਗੀ। ਤੋਰੀ ਹੈ ਫਿਰ ਇੱਕ ਕਰੀ ਨਾ, 20 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਰਮਾਨ ਨਾਲ ਚਵਾਈ ਜਾਊਗੀ। ਹੈਗੀ ਜਿਹੜੀ ਜਰਸੀ ਆ, ਪੰਜਾਬ ਵਾਲੀ ਜਰਸੀ ਆ ਜਿਹੜੀ। ਲੈ ਜਾਓ ਲੈ ਜਾਓ। ਬਾਕੀ ਕੱਦ ਕਾਠ ਬੇਲ ਦੀ ਜਿਹੜੀ ਚੰਗੀ ਆ, ਆ ਜਾਓ ਲੈ ਆਓ। ਲੈ ਜਾਓ ਲੈ ਜਾਓ। ਤੇ ਕਿੰਨਾ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ? ਆਪਾਂ ਕਰਿਆ ਹਵਾਨਾ ਇਹਦਾ ਦੇਖ ਸਕਦੇ ਲਾਗੇ ਤੋਂ ਫਿਰ ਤਾਂ। ਦੁੱਧ ਦਾ ਵੀਰ ਜੀ ਘਰ ਵਾਲੇ ਦੇ 20-22 ਲੀਟਰ ਕਹਿੰਦੇ ਆ, ਅਸੀਂ ਤਾਂ ਕਹਿੰਦੇ ਆਪਾਂ 20 ਦੀ ਗਰੰਟੀ ਆਉਂਦੇ ਹਾਂ ਵੀ 20 ਲੀਟਰ ਆਰਾਮ ਨਾਲ ਕੱਢੇਗੀ, ਕਿਉਂਕਿ 14 ਲੀਟਰ ਬਹੁਤਾ ਹੀ ਆ। ਠੀਕ ਆ, ਅਤੇ ਮੁੱਲ ਵੀਰ ਜੀ ਇਹਦਾ ਘਰ ਨੂੰ 65 ਕਰੀਏ, 62,000 ਦੀ ਹਾਂ ਨਾ ਵੱਛੀ ਹੋਏਗੀ। ਅੱਛਾ, 62,000 'ਤੇ ਛੋਟ ਹੋਏਗੀ। ਠੀਕ ਆ ਜੀ, ਅਤੇ ਹੁਣ ਜਿਹੜੀ ਆ ਗੱਭਣ ਆ ਗਈ ਦੂਸਰੇ ਨੰਬਰ 'ਤੇ, ਇਹ ਕਿੰਨੇ ਕੁ ਦੁੱਧ ਵਾਲੀ ਆ? ਇਹ ਵੀ ਜੀ 17-18 ਕਿਲੋ ਵਾਲੀ ਹੈ। ਠੀਕ ਆ, ਅਜੇ 4-5 ਦਿਨ ਲੈਂਦੀ ਆ। ਠੀਕ ਆ, ਤੋਰਦੀ ਆ ਫਿਰ ਇਹਨਾਂ ਨੂੰ। ਬਾਕੀ ਹੈਗੀ ਇਹ ਵੀ ਜਰਸੀ ਆ, ਬਾਕੀ ਇਹ ਵੀ ਚੰਗੇ ਕੱਦ ਕਾਠ 'ਚ ਆ, ਪੰਜਾਬ ਵਾਲੀ ਜਰਸੀ ਆ ਜਿਹੜੀ, ਇਹ ਵੀ 18 ਕੁ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਇਹ ਵੀ ਕੱਢੀ ਜਾਊਗੀ। ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ। ਲੈ ਜਾਓ ਜੀ। ਕੁਛ ਕੁਛ ਭਲਾ ਹਵਾਨੇ ਤੋਂ ਦਈਆਂ ਇਹਦੇ ਪੈਣ। ਠੀਕ ਆ, ਅਤੇ ਥਣ ਥੁਣ ਓਕੇ ਉਸ ਤਰ੍ਹਾਂ ਸਾਰੀਆਂ ਦੇ? ਅਤੇ ਇਹਦਾ ਫਿਰ ਕਿੰਨਾ ਰੱਖਣਾ ਮੁੱਲ? 50-60 ਹਜ਼ਾਰ ਮਾਨ ਤਾਨ ਕਰਦਾ। ਅੱਛਾ, ਠੀਕ ਆ। ਬਾਕੀ ਚਲੋ ਕੋਈ ਫੋਨ ਲਾਵੇ ਇੱਕ ਵਾਰੀ, ਹੈ ਨਾ, ਫੋਨ ਲਾਵੇ ਵੀਰ, ਮਾਨ ਤਾਨ ਮੌਕੇ 'ਤੇ ਹੋ ਜਾਊ, ਮਾਨ ਤਾਨ ਕਰਦੇ ਹਾਂ। ਅਤੇ ਬਾਕੀ ਇੱਕ ਉਹ ਸੂਈ ਸਵਾਈ ਆ, ਅਤੇ ਇਹ ਗੱਬਣ, ਹੈ ਨਾ, ਕੋਈ ਵੀਰ ਇੱਥੋਂ ਹੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਵੇਚ ਚਾਹ ਕੇ ਖੜੇ ਆ। ਅਤੇ ਇੱਕ ਵਾਰੀ ਇਹਦੇ ਤੁਹਾਨੂੰ ਥਾਣਾ ਆਪਾਂ ਲਾਗੇ ਤੋਂ ਤੁਹਾਨੂੰ ਦਿਖਾ ਦਈਏ, ਆਹ ਦੇਖ ਸਕਦੇ ਥਾਣਾ ਵੀ ਇਹਦੇ ਲਾਗੇ ਤੋਂ।
ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ, ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।